ਕੀ ਨਾਮ ਕੀ ਹੈ ਤੁਹਾਡਾ? ਸਵਰਨ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਕਿਹੜਾ ਪਿੰਡ ਤੁਹਾਡਾ? ਰਾਦਲ ਕੇ। ਅੱਛਾ, ਇਹ ਜ਼ਿਲ੍ਹਾ ਤਰਨ ਤਾਰਨ 'ਚ ਪੈਂਦਾ? ਹਾਂਜੀ ਹਾਂਜੀ। ਅਤੇ ਕੀ ਮੁਸ਼ਕਲ ਕੀ ਆ ਤੁਹਾਨੂੰ? ਕੀ ਪੁਲਿਸ ਕਿਉਂ ਤੰਗ ਕਰ ਰਹੀ ਹੈ? ਕੀ ਚੱਕਰ ਆ ਸਾਰਾ? ਪੁਲਿਸ ਜੀ ਨਜਾਇਜ਼ ਹੀ ਤੰਗ ਕਰਨ ਰਹੀ ਆ। ਅੱਛਾ, ਕੀ ਕੀਤਾ ਕੀ ਆ ਪੁਲਿਸ ਨੇ? ਪਹਿਲੋਂ ਸਾਹਿਬ ਤੋਂ ਤਾਂ ਇਹ ਕੀਤਾ ਵੀ ਅੱਜ ਤੋਂ ਦੋ ਤਿੰਨ ਮਹੀਨੇ ਹੋ ਗਏ ਨੇ, ਜ਼ਿਆਦਾ ਹੀ ਟਾਈਮ ਹੋ ਗਿਆ, ਅਤੇ ਉਦੋਂ ਵੀ ਇਹਨੇ ਨਜਾਇਜ਼ ਹੀ ਮੁੰਡੇ ਚੁੱਕ ਕੇ ਅਤੇ ਜਾ ਕੇ ਪਰਚੇ ਕੱਢਤੇ ਨੇ। ਅੱਛਾ, ਪਰਚੇ ਕਾਹਦੇ? ਸਮੈਕ ਪਾ ਦਿੱਤੀ ਉੱਤੇ। ਅੱਛਾ, ਦਸ ਦਸ ਗ੍ਰਾਮ। ਅੱਛਾ, ਅਤੇ ਬਾਅਦ ਦੇ ਵਿੱਚ ਹਾਲੇ ਮੁੰਡ ਕੱਟ ਕੇ ਆਏ ਹਾਂ, ਕੱਟ ਕੇ ਆਏ ਨੇ। ਅੱਛਾ, ਅਤੇ ਮੁੜ ਕੇ ਇਹਨੂੰ ਫਿਰ ਦੂਜਾ ਮਾਰਾ ਲੈ ਗਿਆ। ਅੱਛਾ, ਫੜ ਕੇ ਮੁੰਡੇ ਨੂੰ। ਅੱਛਾ ਅੱਛਾ, ਥੋੜ੍ਹਿਆਂ ਦਿਨਾਂ ਬਾਅਦ। ਅਤੇ ਹੁਣ ਇਹ ਦੱਸ ਰਿਹਾ ਜਿਵੇਂ ਕਿ ਰਾਤ ਨੂੰ ਵੀ ਘਰ ਆਏ ਸੀ ਪੁਲਿਸ ਵਾਲੇ? ਹਾਂਜੀ ਹਾਂਜੀ। ਕੀ ਉਸ ਦਿਨ ਕੀ ਘਟਨਾ ਵਾਪਰੀ ਤੁਹਾਡੇ ਨਾਲ? ਘਟਨਾ ਇਹ ਵਾਪਰੀ ਵੀ ਅਸੀਂ ਰਮਾਨ ਨਾਲ ਤਾਂ ਸੁੱਤੇ ਹਾਂ, ਬੇਫਿਕਰੇ ਹੋ ਗਏ, ਅਤੇ 12:40 ਹੋਏ ਆ, ਅਤੇ ਸਾਨੂੰ ਸੁੱਤਿਆਂ ਦੇ ਆ ਕੇ ਅਤੇ ਮੰਜਿਆਂ ਦੇ ਦਾਲੇ ਹੋ ਗਏ ਨੇ। ਅੱਛਾ, ਦਾਲੇ ਹੋ ਗਏ ਆ, ਅਤੇ ਆ ਕੇ ਮੁੰਡਿਆਂ ਦੀ ਬਾਹੀਂ ਬੰਨਣ ਡੇ ਪਏ ਨੇ। ਅੱਛਾ, ਵੀ ਤੁਹਾਡੇ ਖਿਲਾਫ਼ ਕੀ ਕਿਉਂ ਆਏ? ਤੁਹਾਨੂੰ ਦੱਸਦੇ ਵੀ ਤੁਹਾਡੇ ਖਿਲਾਫ਼ ਕੋਈ ਪਰਚਾ ਦਰਜ ਜਾਂ ਕੋਈ ਦਰਖਾਸਤ ਤੁਹਾਡੇ? ਨਾ, ਕੋਈ ਦਰਖਾਸਤ ਨਹੀਂ, ਕੋਈ ਨਾਂ ਨਹੀਂ ਲੈਂਦੇ ਕਿਸੇ ਗੱਲ ਦਾ। ਅੱਛਾ, ਚਲੋ ਚਲੋ ਮੁੰਡਿਆਂ ਨੂੰ ਖੜਨਾ, ਮੁੰਡਿਆਂ ਨੂੰ ਖੜਨਾ। ਅੱਛਾ, ਅਤੇ ਮੈਂ ਕਿਹਾ ਵੀ ਕੋਈ ਦੱਸ ਕੋਈ ਗੱਲ ਸਾਨੂੰ ਦੱਸ, ਕਿਸੇ ਦਰਖਾਸਤ ਦਿੱਤੀ ਆ ਜਾਂ ਕੀ ਗੱਲ ਆ? ਕਿੱਥੋਂ ਆਈ ਸੀ ਪੁਲਿਸ ਤੁਹਾਡੇ ਫੜਨ? ਤੂਤਾਂ ਤੋਂ, ਚੌਂਕੀ ਤੋਂ। ਅੱਛਾ ਅੱਛਾ, ਤੁਸੀਂ ਪੁੱਛਿਆ ਉਹਨਾਂ ਨੂੰ ਵੀ ਕੀ ਗੱਲ ਆ? ਹਾਂਜੀ ਹਾਂਜੀ। ਕੀ ਤੁਹਾਨੂੰ ਜਵਾਬ ਦਿੱਤਾ ਉਹਨਾਂ ਨੇ? ਅਸੀਂ ਨਹੀਂ ਮੁੰਡਿਆਂ ਨੂੰ ਖੜਨਾ, ਜ਼ਰੂਰੀ ਮੁੰਡਿਆਂ ਨੂੰ ਖੜਨਾ। ਅੱਛਾ, ਮੈਂ ਕਿਹਾ ਵੀ ਗੱਲ ਬਹਿ ਕੇ ਕਰੋ, ਜਿਹੜੀ ਗੱਲ ਹੈਗੀ ਆ ਸਾਨੂੰ ਦੱਸੋ, ਜੇ ਕੋਈ ਗੱਲ ਹੈਗੀ ਤਾਂ ਅਸੀਂ ਦਿਨੇ ਆ ਜਾਵਾਂਗੇ 4 ਬੰਦੇ ਲੈ ਕੇ। ਬਿਲਕੁਲ। ਪਰ ਨਹੀਂ, ਉਹਨਾਂ ਨੇ ਗੱਲ ਮੰਨੀ ਨਹੀਂ, ਵੇਅਰ ਕੇ ਕੁੱਟਮਾਰ ਡੇ ਪਏ ਕਰਨ। ਜੇ ਫਿਰ ਜਨਾਨੀਆਂ ਕੁੱਟਮਾਰ ਕੀਤੀ ਤੁਹਾਡੇ? ਹਾਂ, ਫਿਰ ਜਨਾਨੀਆਂ ਅਗਾਂਹ ਹੋਈਆਂ ਨੇ, ਛਡਾਉਣ ਲੱਗੀਆਂ ਨੇ, ਅਤੇ ਵਿੱਚ ਹੀ ਉਹਨਾਂ ਨੂੰ ਕੁੱਟੀ ਗਏ, ਵਿੱਚ ਗੰਦੀਆਂ ਗਾਲੀਆਂ ਕੱਢੀ ਗਏ ਨੇ। ਅੱਛਾ, ਮਾਰ ਲੀੜੇ ਲੁੜੇ ਪਾੜ ਕੇ ਜਨਾਨੀਆਂ ਦੇ, ਛਡਾਉਂਦੇ ਛਡਾਉਂਦੇ। ਅੱਛਾ, ਤਾਂ ਫਿਰ ਮਹਾਂ ਹਟੇ ਨੇ। ਅੱਛਾ, ਹਾਂ, ਸਾਰਾ ਟੱਬਰ ਘਰੋਂ ਤੁਹਾਡੇ ਕੋਈ ਸਮਾਨ ਵੀ ਲੈ ਕੇ ਗਏ ਆ ਕੋਈ ਤੁਹਾਡਾ? ਜਿਹਨੇ ਆਈਆਂ ਫਿਰ 3 ਗੱਡੀਆਂ। ਅੱਛਾ ਜੀ, ਹਾਂਜੀ, ਕੀ ਤੁਹਾਡੇ ਕੋਲੋਂ ਲੈ ਕੇ ਗਏ ਘਰੋਂ? ਜਿਹਨੇ ਫਿਰ ਇਸ ਤਰ੍ਹਾਂ ਹੋਈ ਗੱਲ ਵੀ ਅਸੀਂ ਤਾਂ ਘਰ ਨਹੀਂ, ਅਸੀਂ ਨਿੱਕਾ ਮੁੰਡਾ ਘਰੇ ਸੀ, ਜਨਾਨੀਆਂ ਘਰੇ। ਅੱਛਾ ਜੀ, ਅਤੇ ਜਨਾਨੀਆਂ ਕੋਲ ਸਾਡੇ ਮਾਂ ਸੋ ਗਵਾਂਢ ਆ, ਉਹਦੀ ਬਹਿ 'ਚ ਚਲੀਆਂ ਗਈਆਂ ਨੇ ਡਰਦੀਆਂ। ਅੱਛਾ, ਅਤੇ ਮੁੰਡਾ ਦਰਿਆ ਨੂੰ ਭੱਜ ਗਿਆ। ਅੱਛਾ, ਅਤੇ ਮੁੰਡੇ ਨੇ ਜਾ ਕੇ ਜੀ ਭੈਣ ਛਾਲ ਮਾਰਤੀ ਆ ਵੀ ਇਹਨਾਂ ਕੁੱਟਣਾ ਮੈਨੂੰ। ਅੱਛਾ, ਅਤੇ ਮੁੰਡਾ ਤਾਰੂ ਨੇ ਸੀ। ਅੱਛਾ, ਮੁੰਡਾ ਲੱਗਾ ਜਦੋਂ ਡੁੱਬਣ ਨੂੰ, ਤਾਂ ਭਈਏ ਭੱਜ ਕੇ ਹੋਏ ਆ, 8-10 ਜਣੇ ਸੀ, ਉਹਨੂੰ ਫੜਨ ਲੱਗੇ ਆ, ਅਤੇ ਇਹ ਉੱਥੋਂ ਫਿਆਂ ਮੁੜ ਗਏ। ਇਹਨਾਂ ਇਹ ਨਹੀਂ ਵੇਖਿਆ ਵੀ ਮੁੰਡਾ ਡੁੱਬ ਗਿਆ ਕਿ ਨਹੀਂ ਡੁੱਬ ਗਿਆ, ਅਤੇ ਕੀ ਗੱਲ ਆ, ਇਹ ਨਿਕਲ ਗਏ ਨੇ, ਅਤੇ ਆ ਕੇ ਇਹਨਾਂ ਉੱਥੋਂ ਦਰਿਆ ਤੋਂ ਆਉਂਦਿਆਂ ਜੰਦਰਾ ਤੋੜਤਾ ਵਾਹੋਂ ਵਾਲੇ ਕੋਠੇ ਦਾ, ਜੰਦਰਾ ਤੋੜ ਕੇ ਮੋਟਰਸਾਈਕਲ ਕੱਢ ਲਿਆ, ਹੋਰ ਸਮਾਨ ਜੋ ਵੀ ਹੈਗਾ ਸੀ ਆਪਣਾ, ਕਹੀਆਂ ਭੌੜਾ ਬੈਟਰੀਆਂ ਹੋਰ ਕੋਈ ਸੋਟਾ ਸਾਟਾ ਜੋ ਵੀ ਹੈਗਾ ਸੀ, ਮੇਰਾ ਨਿਸ਼ਾਨ ਸਾਹਿਬ ਸੀ, ਨਿਹੰਗ ਸਿੰਘ ਆ ਮੈਂ, ਉਹ ਵੀ ਕੋਈ ਸ਼ਾਇਦ ਨਹੀਂ ਉਹਨਾਂ ਛੱਡੀ। ਅੱਛਾ, ਲੈ ਕੇ ਸਾਰਾ ਕੁਛ? ਸਾਰਾ ਕੁਛ ਲੈ ਗਏ ਨੇ। ਅਤੇ ਤੁਸੀਂ ਬਾਅਦ 'ਚ ਉਹਨਾਂ ਤੋਂ ਮੰਗ ਨਹੀਂ ਕੀਤੀ ਵੀ ਸਾਡਾ ਸਮਾਨ ਜਿਹੜਾ ਵਾਪਸ ਕਰੋ? ਕਦ ਤੋਂ ਲੈ ਕੇ ਗਏ? ਕੀ ਘੁਲਾਇਆ ਸੀ ਬੰਦਾ ਅਸੀਂ? ਅੱਛਾ, ਕੀ ਕਿਹਾ ਉਹਨਾਂ ਨੇ? ਅਸੀਂ ਖਲੋ ਜਾਓ 2 ਦਿਨ, ਨਹੀਂ ਮੈਂ ਇਹ ਗੱਲ ਚਲੀ ਗਈ ਆਪਣਾ ਮੋੜ 'ਤੇ SSU ਕੋਲ 10 ਬੈਠਾ ਮੈਂ, ਅਤੇ ਹੁਣ ਬੜਾ ਮੁਸ਼ਕਲ ਆ, ਮੈਨੂੰ ਪਰਚਾ ਹੀ ਕੱਢਣਾ ਪੈਣਾ। ਅੱਛਾ, ਅਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਵੀ ਪਰਚਾ ਕਿਉਂ ਕੱਟਣਾ ਪੈਣਾ, ਕਾਹਦਾ ਪਰਚਾ? ਆਹੋ, ਆਖਿਆ ਬੰਦੇ ਨੇ ਵੀ ਕਾਹਦੇ 'ਤੇ ਕੱਟਣਾ ਪਰਚਾ, ਗੱਲ ਤਾਂ ਕੋਈ ਨਹੀਂ ਗੀ, ਨਹੀਂ ਇਹ ਖਰਾਬ ਕਰਦੇ ਆ, ਉਹ ਕਰਦੇ ਆ, ਕਰਦੇ ਪੈਸਿਆਂ ਦੀ ਮੰਗ ਵੀ ਕੀਤੀ ਉਹਨਾਂ ਨੇ? ਹਾਂ, ਕੀਤੀ ਆ। ਕੀ ਕਹਿੰਦੇ ਤੁਹਾਨੂੰ? ਅਸੀਂ ਮੰਗ ਕੀਤੀ, ਇਹੋ ਬੁਝਾਰਤਾਂ ਪਾਉਂਦਾ ਨਾ ਵੀ ਉਹਨਾਂ ਨੂੰ ਦੇਣੇ ਪੈਣੇ SSU ਨੂੰ ਅਤੇ ਮੈਨੂੰ। ਅੱਛਾ, ਤੂੰ ਉਹਨੇ ਆਖਿਆ ਵੀ ਗਰੀਬ ਬੰਦੇ, ਇੰਨੇ ਪੈਸੇ ਕਿੱਥੋਂ ਭਰਨਗੇ, ਰਿਆਜ ਬੈਠੇ ਆ, ਪਾਣੀ ਫਸਲ ਜਿਹੜਾ ਰੁੜ ਜਾਂਦਾ, ਉਹ ਵਿਚਾਰੇ ਕੀ ਕਰਨਗੇ, ਦਿਹਾੜੀ ਦਾ ਪਤਾ ਕੀ ਕਰਦੇ ਨੇ। ਅਤੇ ਕੀ ਬੇਨਤੀ ਕਰੋਗੇ ਸੀਨੀਅਰ ਪ੍ਰਸ਼ਾਸਨ ਨੂੰ ਤੁਹਾਡੀ, ਇਹ ਮੀਡੀਆ ਦੀ ਆਵਾਜ਼ ਜਾਊਗੀ ਸਾਰਿਆਂ ਕੋਲ, SSP ਸਾਹਿਬ ਵੀ ਸੁਣਨਗੇ ਜਾਂ ਹੋਰ ਕੋਈ, ਅਤੇ ਕੀ ਬੇਨਤੀ ਕਰੋਗੇ ਇਹਨਾਂ ਨੂੰ? ਬੇਨਤੀ ਦੇਖੋ, ਸਾਨੂੰ ਨਿਆਂ ਚਾਹੀਦਾ। ਅੱਛਾ, ਅਤੇ ਸਾਨੂੰ ਤੰਗ ਨਾ ਕਰੇ ਕਿਸੇ ਗੱਲੋਂ, ਸਾਨੂੰ ਪਰੇਸ਼ਾਨ ਨਾ ਕਰੇ, ਸਾਡੀਆਂ ਚੀਜ਼ਾਂ ਵਾਪਸ ਕਰੇ। ਸਾਡੀ ਕੀ ਨਾਮ ਕੀ ਹੈ ਜਿਹੜੇ ਅਫਸਰ ਜਿਹੜੇ ਤੁਹਾਡੇ ਇੱਥੇ ਆਉਂਦੇ ਆ? ਕਿਰਪਾਲ ਸਿੰਘ। ਅੱਛਾ, ਕਿਰਪਾਲ ਸਿੰਘ ਆ ਜਿਹੜਾ ਇੱਥੇ ਤੁਹਾਡਾ ਤੱਕ ਤੂੰ ਚੌਂਕੀ? ਹਾਂ। ਅੱਛਾ, ਇਹ ਗੱਲ ਜੀ, ਅਤੇ ਬਾਕੀ ਕੋਈ ਵੀ ਗੱਲ ਆ ਵੀ ਨਵੀਂ ਹੋ ਜਾਵੇ, ਕੋਈ ਜੀ ਮਰ ਜਾਵੇ, ਅਤੇ ਸਾਡਾ ਜ਼ਿੰਮੇਵਾਰ ਇਹ ਆ। ਅੱਛਾ ਜੀ, ਹਾਂਜੀ, ਅਤੇ ਸਾਨੂੰ ਟੇਕਣ ਨਹੀਂ ਦਿੰਦਾ ਕਿਤੇ ਵੀ, ਧੱਕਾ ਹੀ ਕਰੀ ਤੁਰਿਆ ਆਉਂਦਾ।
इस केस संबंधी जो असी पुलिस का पक्ष जानने लिए सदर थाना पट्टी मोड़ नाल गलबात करनी चाहिए तो साढ़े वार वार फोन लगाने पर भी उन्होंने साडा फोन नहीं चुकया। हुण इस पूरे केस विच ते इन्हां दे बयानां विच किन्नी सच्चाई है ये सारा सीनियर प्रशासन लिए छानबीन का विषय है। तबदा सच न्यूज़ तो रिपोर्टिंग कमलजीत सिंह मरहाना।